ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਗੁਰਵਿੰਦਰ ਪੀਟੀ ਚੈਨਲ। ਬਹੁਤ ਸਾਰੇ ਬੱਚਿਆਂ ਦੇ ਕੁਐਸਚਨਸ ਆਉਂਦੇ ਪਏ ਸੀ, ਲਿਸਨਿੰਗ ਦੀ ਸਮਰੀ ਬੈਸਟ ਕਿਵੇਂ ਕਰ ਸਕਦੇ ਆ, ਸਮਰਾਈਜ਼ ਸਪੋਕਨ ਟੈਕਸਟ। ਸੋ ਅੱਜ ਟੈਂਪਲੇਟ ਨੂੰ ਕਿਵੇਂ ਪਰਫੋਰਮ ਕਰਨਾ ਵਾ, ਸਾਰੇ ਮੈਥਡਸ ਸ਼ੇਅਰ ਕਰਕੇ ਜਾਊਂਗਾ। ਆ ਟੈਂਪਲੇਟ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾ, ਬੱਚਿਆਂ ਨੇ ਬਹੁਤ ਯੂਜ਼ ਕੀਤਾ ਟੈਂਪਲੇਟਸ, ਇਹ ਬਹੁਤ ਵਾਰੀ ਐਗਜ਼ਾਮ 'ਚ ਮੈਂ ਫੋਲੋ ਕਰਵਾ ਚੁੱਕਿਆ। ਬੱਚਿਆਂ ਦੇ 7 ਈਚ 8 ਈਚ 90 ਤੱਕ ਵੀ ਬੱਚਿਆਂ ਨੇ ਐਗਜ਼ਾਮ 'ਚ ਸਕੋਰ ਟੱਚ ਕੀਤੇ ਹੋਏ ਆ। ਇੱਕ ਵਾਰੀ ਸਕਰੀਨਸ਼ਾਟ ਲੈ ਲਓ ਇਹ ਪੈਟਰਨ ਕਿਵੇਂ ਆ, ਪ੍ਰੋਪਰਲੀ ਕਾਪੀ ਉਹਦੇ ਨੋਟ ਕਰ ਲਓ, ਫਿਰ ਮੈਂ ਵਨ ਬਾਏ ਵਨ ਐਕਸਪਲੇਨ ਕਰ ਦਿੰਦਾ ਵੀ ਤੁਸੀਂ ਇਹਨੂੰ ਕਿਵੇਂ ਯੂਜ਼ ਕਰਨਾ। ਧਿਆਨ ਨਾਲ ਇੱਕ ਵਾਰੀ ਦੇਖ ਲਓ, ਇਹਦਾ ਸਕਰੀਨਸ਼ਾਟ ਲੈ ਲਓ, ਐਗਜ਼ਾਮ ਦੇ ਵਿੱਚ 100% ਵਰਕਿੰਗ ਟੈਂਪਲੇਟ ਇਹ ਹੋਊਗਾ, ਠੀਕ ਹੈ। ਹੁਣ ਸਭ ਤੋਂ ਪਹਿਲੀ ਚੀਜ਼ ਆ ਜੋ ਲਿਸਨਿੰਗ ਦੀ ਸਮਰੀ 'ਚ ਆਪਣੇ ਤੋਂ ਮੰਗ ਕੀਤੀ ਜਾਂਦੀ ਆ, ਵੀ ਕੰਟੈਂਟ ਦੀ ਕੁਆਂਟਿਟੀ ਜ਼ਿਆਦਾ ਰੱਖਣੀ ਆ, ਕੰਟੈਂਟ ਥੋੜ੍ਹਾ ਥੋੜ੍ਹਾ ਨਹੀਂ ਹੋਣਾ ਚਾਹੀਦਾ। ਕਈ ਬੱਚਿਆਂ ਦੇ ਮਨ 'ਚ ਡਾਊਟ ਆ ਵੀ ਅਸੀਂ ਸਿਰਫ ਨਾਊਨ ਹੀ ਚੱਕਣੇ ਆ, ਨਾਊਨ ਤੋਂ ਬਿਨਾਂ ਅਸੀਂ ਹੋਰ ਕੋਈ ਕੰਟੈਂਟ ਨਹੀਂ ਚੱਕ ਸਕਦੇ, ਇਹ ਰਿਊਮਰਸ ਆ। ਜਿਹੜਾ ਵੀ ਤੁਹਾਨੂੰ ਕੰਟੈਂਟ ਸੌਂਦਾ ਪਿਆ, ਇੰਪੋਰਟੈਂਟ ਕੀਵਰਡਸ ਹੋਣੇ ਚਾਹੀਦੇ, ਇੰਪੋਰਟੈਂਟ ਮਤਲਬ ਗ੍ਰਾਮੈਟਿਕਲ ਨਾਊਨ, ਕੁਛ ਇੰਪੋਰਟੈਂਟ ਕੀਵਰਡਸ ਹੋਣ, ਜਿਹੜੇ ਵੀ ਆ ਤੁਸੀਂ ਚੱਕ ਸਕਦੇ ਹੋ, ਐਗਜ਼ਾਮ 'ਚ 100% ਉਹ ਵਰਕਿੰਗ ਹੋਣਗੇ। ਕੰਟੈਂਟ ਘੱਟੋ ਘੱਟ 20 ਕੀਵਰਡਸ, ਮੈਂ ਬੱਚਿਆਂ ਨੂੰ ਕਹਿੰਦਾ ਵੀ 20 ਕੀਵਰਡਸ ਦਾ ਟਾਰਗੇਟ ਲੈ ਕੇ ਚੱਲਣਾ। ਜੇਕਰ 20 ਕੀਵਰਡਸ ਤੁਹਾਡੇ ਕੋਲ ਲਿਸਨਿੰਗ ਦੀ ਸਮਰੀ 'ਚ ਬਣ ਜਾਂਦੇ ਆ, ਤਾਂ ਬਹੁਤ ਵਧੀਆ ਸਕੋਰਿੰਗ ਤੁਹਾਡੀ ਐਗਜ਼ਾਮ 'ਚ ਆਉਂਦੇ ਚਾਂਸਸ ਹੁੰਦੇ ਹਨ। ਪਹਿਲੀ ਚੀਜ਼ ਆ ਲਾਈਨ ਆ, ਦ ਲੈਕਚਰ ਗਿਵਸ ਇਨਫੋਰਮੇਸ਼ਨ ਅਬਾਊਟ, ਨਾਲ ਇੱਕ ਬਲੈਂਕਸ ਆ, ਇੱਥੇ ਟੋਪਿਕ ਪਾਉਣਾ ਆਪਾਂ। ਜੇ ਟੋਪਿਕ ਰਿਕਾਰਡਿੰਗ 'ਚੋਂ ਨਹੀਂ ਮਿਲਿਆ, ਕੋਈ ਵੀ ਇੰਪੋਰਟੈਂਟ ਕੀਵਰਡ ਇੱਥੇ ਤੁਸੀਂ ਫਿਲ ਕਰ ਸਕਦੇ ਹੋ, ਕੋਈ ਇੰਪੋਰਟੈਂਟ ਕੀਵਰਡ। ਉਸ ਤੋਂ ਬਾਅਦ ਇਟ ਇਜ਼ ਅ ਵੈਰੀ ਇਨਫੋਰਮੇਟਿਵ ਲੈਕਚਰ ਫਰੋਮ ਦ ਲੈਕਚਰ ਆਈ ਕੈਨ ਹੇਅਰ, ਸਿੰਗਲ ਆਈ ਆਲਵੇਜ਼ ਕੈਪੀਟਲ ਹੁੰਦੀ ਆ, ਸਿੰਗਲ ਆਈ ਕਦੇ ਸਮਾਲ ਨਹੀਂ ਹੁੰਦੀ ਗੀ। ਉਸ ਤੋਂ ਬਾਅਦ ਜਿੰਨੀਆਂ ਬਲੈਂਕਸ ਤੁਸੀਂ ਦੇਖਦੇ ਪਏ ਹੋ, ਇਸ ਦੇ ਵਿੱਚ ਤੁਸੀਂ ਆਪਦਾ ਕੰਟੈਂਟ ਮਤਲਬ ਕੀਵਰਡਸ ਨੂੰ ਫਿਲ ਕਰਨਾ। ਬਹੁਤ ਸਾਰੇ ਬੱਚੇ ਕਹਿੰਦੇ ਫਰੇਜ਼ਸ ਲਿਖ ਸਕਦੇ ਆ ਲਾਈਨਾਂ, ਦੇਖੋ ਫਰੇਜ਼ਸ ਮੈਂ ਤਾਂ ਪ੍ਰਮੋਟ ਨਹੀਂ ਕਰਦਾ ਕਿਉਂਕਿ ਲਿਸਨਿੰਗ ਦੀ ਸਮਰੀ ਦੇ ਵਿੱਚ ਗ੍ਰਾਮਰ ਦੇ ਨੰਬਰ ਹੁੰਦੇ ਆ, ਫਰੇਜ਼ ਲਿਖਣ ਵਾਸਤੇ ਗ੍ਰਾਮਰ ਦੀ ਲੋੜ ਪੈਂਦੀ ਹੈ। ਤੁਹਾਨੂੰ ਗ੍ਰਾਮਰ ਨਹੀਂ ਆਉਂਦੀ ਕਿ ਤੁਸੀਂ ਬਹੁਤ ਜ਼ਿਆਦਾ ਗ੍ਰਾਮੈਟੀਕਲ ਐਰਰਸ ਕਰੋਗੇ, ਕੀਵਰਡਸ ਦੇ ਵਿੱਚ ਇੰਨਾ ਜ਼ਿਆਦਾ ਗ੍ਰਾਮਰ ਦਾ ਰੋਲ ਨਹੀਂ ਹੁੰਦਾ। ਸੋ ਕੀਵਰਡਸ ਸਭ ਤੋਂ ਈਜ਼ੀ, ਸਭ ਤੋਂ ਸਿੰਪਲ ਆ ਚੱਕਣੇ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਦੱਸਦਾ, ਜੇ ਤੁਹਾਡੇ ਕੋਲ ਕੰਟੈਂਟ ਜ਼ਿਆਦਾ, ਬਹੁਤ ਜ਼ਿਆਦਾ ਕੰਟੈਂਟ ਆ, ਮਤਲਬ ਫੋਰ ਐਗਜ਼ਾਮਪਲ ਜਿੰਨੀਆਂ ਬਲੈਂਕਸ ਮੈਂ ਬਣਾਈਆਂ ਨੇ, ਇਸ ਤੋਂ ਵੀ ਜ਼ਿਆਦਾ ਕੰਟੈਂਟ ਤੁਹਾਡੇ ਕੋਲ ਹੈਗਾ ਵਾ, ਤੁਸੀਂ ਕੀ ਕਰਨਾ ਵਾ, ਜਿਹੜੀ ਆ ਲਾਈਨ ਆ ਨਾ, ਇਟ ਇਜ਼ ਅ ਵੈਰੀ ਇਨਫੋਰਮੇਟਿਵ ਲੈਕਚਰ, ਇਟ ਇਜ਼ ਅ ਵੈਰੀ ਇਨਫੋਰਮੇਟਿਵ ਲੈਕਚਰ। ਇਹ ਲਾਈਨ ਤੁਸੀਂ ਕੱਟ ਕਰ ਸਕਦੇ ਹੋ ਕਿਉਂਕਿ ਇਹ ਲਾਈਨ ਇੰਪੋਰਟੈਂਟ ਨਹੀਂ ਆ, ਇਹਨੂੰ ਕੱਟ ਕਰਕੇ ਹੋਰ ਕੰਟੈਂਟ ਨੂੰ ਫਿਲ ਕਰ ਸਕਦੇ ਹੋ, ਮਤਲਬ ਜੇ ਕੰਟੈਂਟ ਤੁਹਾਡੇ ਕੋਲ ਜ਼ਿਆਦਾ। ਇਨ ਕੇਸ ਤੁਹਾਡੇ ਕੋਲ ਕੰਟੈਂਟ ਘੱਟ ਆ, ਥੋੜ੍ਹਾ ਵਾ, ਫਿਰ ਉਹੋ ਜਿਹੀ ਸਿਚੁਏਸ਼ਨ 'ਚ ਕੀ ਕਰਾਂਗੇ, ਜੇ ਕੰਟੈਂਟ ਥੋੜ੍ਹਾ, ਜਿਹੜੀ ਆ ਲਾਈਨ ਆ ਫਰੋਮ ਦਾ ਲੈਕਚਰ ਆਈ ਕੈਨ ਹੇਅਰ ਲਿਖੀ, 2-4 ਕੀਵਰਡਸ ਲਿਖੇ, ਫੁੱਲ ਸਟੋਪ ਲਾਇਆ, ਫਿਰ ਫਰੋਮ ਦਾ ਲੈਕਚਰ ਆਈ ਕੈਨ ਹੇਅਰ, ਫਿਰ 2-4 ਕੀਵਰਡਸ ਲਿਖੇ, ਫੁੱਲ ਸਟੋਪ ਲਾਇਆ, ਫਿਰ ਫਰੋਮ ਦਾ ਲੈਕਚਰ ਆਈ ਕੈਨ ਹੇਅਰ, ਮਤਲਬ ਜੇ ਮੇਰੇ ਕੋਲ ਕੰਟੈਂਟ ਜ਼ਿਆਦਾ ਤਾਂ ਮੈਂ ਟੈਂਪਲੇਟ ਦੀ ਵਰਤੋਂ ਘੱਟ ਕਰੂੰਗਾ, ਤੇ ਜੇ ਮੇਰੇ ਕੋਲ ਕੰਟੈਂਟ ਘੱਟ ਆ ਮੈਂ ਟੈਂਪਲੇਟ ਦੀ ਵਰਤੋਂ ਜ਼ਿਆਦਾ ਕਰੂੰਗਾ। ਇਹ ਕਦੇ ਨਹੀਂ ਗਲਤੀ ਕਰਨੀ ਵੀ ਟੈਂਪਲੇਟ ਦਿੱਤਾ ਤਾਂ ਡਿੱਟੋ ਟੈਂਪਲੇਟ ਉਦਾਂ ਹੀ ਚੇਪ ਕੇ ਆ ਗਏ, ਉਦਾਂ ਹੀ ਸਾਰਾ ਲਿਖ ਕੇ ਆ ਗਏ, ਇਹ ਗਲਤੀ ਆ। ਜਦੋਂ ਤੁਸੀਂ ਵਧੀਆ ਸਕੋਰਿੰਗ ਲੈਣੀ ਹੈ ਨਾ, ਟੈਂਪਲੇਟ ਨੂੰ ਕੰਟੈਂਟ ਦੇ ਅਕੋਰਡਿੰਗ ਯੂਜ਼ ਕੀਤਾ ਜਾਂਦਾ। ਜੇ ਮੇਰੇ ਕੋਲ ਕੰਟੈਂਟ ਜ਼ਿਆਦਾ ਹੋਊਗਾ ਤਾਂ ਟੈਂਪਲੇਟ ਦਾ ਯੂਜ਼ ਉਸ ਤਰ੍ਹਾਂ ਹੋਊਗਾ, ਘੱਟ ਹੋਊਗਾ ਤਾਂ ਟੈਂਪਲੇਟ ਦਾ ਯੂਜ਼ ਉਸ ਤਰ੍ਹਾਂ ਹੋਊਗਾ। ਹੁਣ ਕਈ ਬੱਚਿਆਂ ਦੀ ਕਨਫਿਊਜ਼ਨ ਇੱਥੇ ਇਹ ਆ, ਸਿੰਪਲ ਕੋਮਾ ਯੂਜ਼ ਕਰਨਾ ਕਿ ਹਾਈਫਨ ਦਾ ਯੂਜ਼ ਕਰਨਾ। ਹੁਣ ਇਹ ਬੋਥ ਵਰਕਿੰਗ ਆ, ਚਾਹੇ ਤੁਸੀਂ ਸਿੰਪਲ ਕੋਮਾ ਪਾ ਲਓ, ਚਾਹੇ ਇੱਦਾਂ ਦਾ ਹਾਈਫਨ ਜਿਹੜਾ ਹੁੰਦਾ ਵਾ ਉਹ ਤੁਸੀਂ ਯੂਜ਼ ਕਰ ਸਕਦੇ ਹੋ ਕੋਮੇ ਦੀ ਜਗ੍ਹਾ ਤੇ। ਹੁਣ ਕਈ ਬੱਚੇ ਕਹਿੰਦੇ ਵੀ ਕੋਮਾ ਵਰਕਿੰਗ ਆ, ਹਾਈਫਨ ਨਹੀਂ ਵਰਕਿੰਗ, ਜਾਂ ਹਾਈਫਨ ਵਰਕਿੰਗ ਆ, ਕੋਮਾ ਨਹੀਂ ਵਰਕਿੰਗ ਆ। ਜਦੋਂ ਆਪਾਂ ਐਪ ਯੂਨੀ ਤੇ ਕਈ ਵਾਰ ਲਿਸਨਿੰਗ ਦੀ ਸਮਰੀ ਪਰਫਾਰਮ ਕਰਦੇ ਆ ਨਾ, ਐਪ ਯੂਨੀ ਕੀ ਕਰਦੀ ਆ, ਆਪਾਂ ਨੂੰ ਕੰਟੈਂਟ 'ਚ 0.5 ਸਕੋਰ ਦੇ ਦਿੰਦੀ ਆ। ਬੱਚਿਆਂ ਨੂੰ ਲੱਗਦਾ ਵੀ 0.5 ਆ ਰਹੇ ਆ ਕੋਮਾ ਲਗਾ ਕੇ, ਜਦੋਂ ਹਾਈਫਨ ਲਾਉਂਦੇ ਆ ਸਾਡੇ ਸਕੋਰ ਵਧੀਆ ਆ ਜਾਂਦੇ ਆ। ਐਪ ਯੂਨੀ ਕੰਟੈਂਟ 'ਚ 0.5 ਦਿੰਦੀ ਆ, ਬਟ ਰੀਅਲ ਐਗਜ਼ਾਮ 'ਚ ਬਿਲਕੁਲ ਸਕੋਰ ਨਹੀਂ ਕੱਟੇ ਜਾਂਦੇ 100%। ਚਾਹੇ ਕੋਮਾ ਯੂਜ਼ ਕਰੋ, ਚਾਹੇ ਹਾਈਫਨ ਯੂਜ਼ ਕਰੋ, ਦੋਵੇਂ ਸਕੋਰਿੰਗ ਦਵਾਉਂਦੇ ਪਏ ਆ। ਮੈਂ ਜੁਲਾਈ ਮੰਥ ਦੇ ਵਿੱਚ ਬੱਚਿਆਂ ਦੇ ਐਗਜ਼ਾਮ ਦਵਾਏ ਆ, ਤੁਸੀਂ ਇੰਸਟਾਗ੍ਰਾਮ 'ਤੇ ਜਾ ਕੇ ਸਕੋਰ ਵੀ ਉਹਨਾਂ ਦੇਖ ਸਕਦੇ ਹੋ। ਹਾਈਫਨ ਵੀ ਯੂਜ਼ ਕੀਤਾ ਹੋਇਆ, ਕੋਮਾ ਵੀ ਬੱਚਿਆਂ ਨੇ ਯੂਜ਼ ਕੀਤਾ ਹੋਇਆ, ਦੋਵੇਂ ਤਰ੍ਹਾਂ ਦੇ ਬੱਚੇ 7 ਈਚ ਸਕੋਰ ਟੱਚ ਕਰਕੇ ਲੈ ਕੇ ਗਏ ਆ। ਸੋ ਡੋਂਟ ਵਰੀ, ਦੋਵਾਂ ਦੇ ਵਿੱਚ ਜਿਹੜੀ ਮਰਜ਼ੀ ਚੀਜ਼ ਯੂਜ਼ ਕਰ ਲਓ, ਬਟ ਇੰਪੋਰਟੈਂਟ ਇੱਕ ਚੀਜ਼ ਆ,
ਕੰਟੈਂਟ ਦੀ ਕੁਆਂਟਿਟੀ ਜ਼ਿਆਦਾ ਰੱਖਣ ਦੀ ਕੋਸ਼ਿਸ਼ ਕਰੋ, ਕੰਟੈਂਟ ਘੱਟ ਨਾ ਹੋਵੇ ਤੁਹਾਡਾ। ਹੁਣ ਕਈ ਬੱਚੇ ਕਹਿੰਦੇ ਨੇ ਕੰਟੈਂਟ ਘੱਟ ਆ ਉਹਨੂੰ ਰਿਪੀਟ ਕਰ ਸਕਦੇ, ਰੈਪੀਟੇਸ਼ਨ। ਦੇਖੋ ਰੀਟਾ ਲੈਕਚਰ ਦੇ ਵਿੱਚ ਕੰਟੈਂਟ ਰਿਪੀਟ ਕੀਤਾ ਜਾ ਸਕਦਾ ਕਿਉਂਕਿ ਰੀਟਾ ਲੈਕਚਰ 'ਚ ਗ੍ਰਾਮਰ ਦੇ ਨੰਬਰ ਨਹੀਂ ਹੁੰਦੇ, ਲਿਸਨਿੰਗ ਦੀ ਸਮਰੀ ਦੇ ਵਿੱਚ ਗ੍ਰਾਮਰ ਦੇ ਨੰਬਰ ਹੁੰਦੇ ਆ। ਹੁਣ ਇਸ ਚੀਜ਼ ਦੇ ਵਿੱਚ ਹੁਣ ਗਵਰਨਮੈਂਟ ਇੱਕ ਵਾਰੀ ਲਿਖਿਆ, ਦੂਜੀ ਵਾਰੀ ਫਿਰ ਗਵਰਨਮੈਂਟ ਲਿਖਤਾ, ਤੀਜੀ ਵਾਰੀ ਫਿਰ ਗਵਰਨਮੈਂਟ ਲਿਖਤਾ, ਗਵਰਨਮੈਂਟ ਦੇ ਸਕੋਰ ਇੱਕ ਵਾਰੀ ਮਿਲਣਗੇ। ਜਿੰਨੀ ਵਾਰੀ ਮਰਜ਼ੀ ਲਿਖੀ ਚੱਲਣਾ ਉਹ ਤਾਂ ਕੋਈ ਪਲੱਸ ਪੁਆਇੰਟ ਨਹੀਂ ਆ, ਦੂਜੀ ਵਾਰੀ ਉਹਦੇ ਸਕੋਰ ਨਹੀਂ ਮਿਲਣੇ, ਠੀਕ ਹੈ, ਉਹ ਲਿਖਿਆ ਨਾ ਲਿਖਿਆ ਇੱਕ ਬਰਾਬਰ ਹੀ ਰਹਿਣਾ। ਸੋ ਕੰਟੈਂਟ ਜ਼ਿਆਦਾ ਚੱਕਣ ਦੀ ਕੋਸ਼ਿਸ਼ ਕਰੋ, ਇਹ ਚੀਜ਼ ਤੁਹਾਡੇ ਵਾਸਤੇ ਪਲੱਸ ਪੁਆਇੰਟ ਆ। ਲਿਸਨਿੰਗ ਦੀ ਸਮਰੀ ਦੀ ਵਰਡ ਲਿਮਿਟ ਕਿੰਨੀ ਹੁੰਦੀ ਆ? 50 to 70। 50 ਤੋਂ ਘੱਟ ਨਹੀਂ ਲਿਖਣੇ, 70 ਤੋਂ ਪਲੱਸ ਨਹੀਂ ਲਿਖਣੇ, 50 to 70 ਦੇ ਦਾਇਰੇ ਦੇ ਵਿੱਚ ਵਿੱਚ ਹੀ ਰਹਿਣਾ ਵਾ। ਕਈ ਬੱਚਿਆਂ ਦੀ ਥਿੰਕਿੰਗ ਆ ਵੀ ਨੀਅਰ ਅਬਾਊਟ 70 ਲਿਖਾਂਗੇ, 65-69 ਫਿਰ ਹੀ ਚੰਗੇ ਸਕੋਰ ਆਉਂਦੇ, ਇੱਦਾਂ ਨਹੀਂ ਹੁੰਦਾ। 51-52 ਤੁਹਾਡੀ ਵੀ ਵਰਡ ਲਿਮਿਟ ਹੈਗੀ ਆ, ਪਰ ਕੰਟੈਂਟ ਤੁਹਾਡੇ ਕੋਲ ਚੰਗਾ ਵਾ ਤਾਂ ਵੀ ਤੁਹਾਡੇ ਵਧੀਆ ਸਕੋਰ ਆ ਜਾਣੇ ਆ। ਸੋ ਕੋਈ ਜ਼ਰੂਰੀ ਨਹੀਂ ਗਾ ਵੀ 60+ ਕਰਵਾਉਣਾ ਕੰਪਲਸਰੀ ਆ। ਸੈਕਿੰਡ ਚੀਜ਼ ਆ, ਜਦੋਂ ਅਸੀਂ ਪ੍ਰੈਕਟਿਸ ਕਰਦੇ ਪਏ ਹਾਂ, ਲਿਸਨਿੰਗ ਦੀ ਸਮਰੀ ਦੀ ਆਡੀਓ ਕਿੰਨੀ ਕੁ ਲਿਸਨ ਕਰਨੀ ਚਾਹੀਦੀ ਆ? ਵੱਧ ਤੋਂ ਵੱਧ 1 ਮਿੰਟ ਦੀ, 1 ਮਿੰਟ ਤੋਂ ਜ਼ਿਆਦਾ ਲਿਸਨਿੰਗ ਦੀ ਸਮਰੀ ਬਿਲਕੁਲ ਵੀ ਲਿਸਨ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਚੀਜ਼ ਮੈਂ ਕਾਫੀ ਦੇਖੀ ਆ। ਬੱਚੇ ਪ੍ਰੈਕਟਿਸ ਕਰਦੇ 1-1 ਮਿੰਟ, 2-2 ਮਿੰਟ ਦੀ ਰਿਕਾਰਡਿੰਗਸ ਤੇ, ਇਗਜ਼ਾਮ 'ਚ 1 ਮਿੰਟ ਦੀ ਰਿਕਾਰਡਿੰਗ ਬਹੁਤ ਰੇਅਰ ਚਾਂਸ ਹੁੰਦਾ। ਇਗਜ਼ਾਮ 'ਚ ਰਿਕਾਰਡਿੰਗਸ ਆਉਂਦੀਆਂ ਨੇ 50 seconds, 45 seconds, 1 ਮਿੰਟ ਤੋਂ ਪਲੱਸ ਰਿਕਾਰਡਿੰਗ ਬਿਲਕੁਲ ਨਾ ਸੁਣਿਆ ਕਰੋ। ਜਦੋਂ ਪ੍ਰੈਕਟਿਸ ਕਰਦੇ ਆ 1 ਮਿੰਟ ਦੀ ਰਿਕਾਰਡਿੰਗ ਸੁਣੋ, ਸਟੋਪ ਕਰ ਦਿਓ, ਟਾਰਗੇਟ ਰੱਖੋ 1 ਮਿੰਟ ਦੇ ਵਿੱਚ 20 keywords ਨੂੰ ਚੱਕਣਾ। ਇਹ ਪੈਟਰਨ ਨੂੰ ਫੋਲੋ ਕਰੋ, 100% ਇਗਜ਼ਾਮ 'ਚ ਸਕੋਰ ਤੁਹਾਨੂੰ ਦੇਖਣ ਨੂੰ ਮਿਲਣਗੇ, ਠੀਕ ਹੈ। ਅਤੇ ਕਈ ਵਾਰੀ ਨਾ ਜਦੋਂ ਆਪਾਂ ਇੱਥੇ ਯੂਜ਼ ਕਰਦੇ ਹਾਂ, ਐਗਜ਼ਾਮਪਲ ਅਬਾਊਟ, ਅਬਾਊਟ ਅੱਗੇ ਆਪਾਂ ਨੂੰ ਐਰਰ ਕੱਢ ਦਿੰਦਾ ਵੀ ਦ ਲਿਖੋ, ਅਬਾਊਟ ਅੱਗੇ ਗ੍ਰਾਮਰ ਐਰਰ ਕੱਢ ਦਿੰਦਾ ਵੀ ਦ ਲਿਖੋ। ਹੁਣ ਦ ਦਾ ਯੂਜ਼ ਕਿੱਥੇ ਹੁੰਦਾ ਵਾ? ਦ ਦੀ ਵਰਤੋਂ ਹੁੰਦੀ ਹੈ ਕਿਸੇ ਸਪੈਸ਼ਲ ਚੀਜ਼ ਦੇ ਅੱਗੇ। ਹੁਣ ਜਿਵੇਂ ਮੈਂ ਗੱਲ ਕਰਾਂ ਵੀ ਫੋਰ ਐਗਜ਼ਾਮਪਲ ਇਲੈਕਟ੍ਰੀਸਿਟੀ, ਹੁਣ ਇਲੈਕਟ੍ਰੀਸਿਟੀ ਖਾਸ ਚੀਜ਼ ਆ? ਬਿਲਕੁਲ ਵੀ ਨਹੀਂ, ਇਲੈਕਟ੍ਰੀਸਿਟੀ ਤਾਂ ਬਹੁਤ ਆ। ਹੁਣ ਇਲੈਕਟ੍ਰੀਸਿਟੀ ਅੱਗੇ ਦ ਨਹੀਂ ਆਊਗਾ। ਹੁਣ ਅਮੈਰੀਕਾ ਦੀ ਗੱਲ ਕਰਾਂ, ਅਮੈਰੀਕਾ ਖਾਸ ਚੀਜ਼ ਆ? ਓਬਵੀਅਸਲੀ ਅਮੈਰੀਕਾ ਖਾਸ ਚੀਜ਼ ਆ। ਹੁਣ ਅਮੈਰੀਕਾ ਕਿਵੇਂ ਬੋਲਿਆ ਜਾਊਗਾ? ਦ ਅਮੈਰੀਕਾ, ਨਾਟ ਅਮੈਰੀਕਾ, ਦ ਅਮੈਰੀਕਾ। ਹੁਣ ਜੇ ਮੈਂ ਇੱਥੇ ਲਿਖਣਾ ਹੋਊਗਾ ਇਲੈਕਟ੍ਰੀਸਿਟੀ ਤਾਂ ਮੈਂ ਸਿੰਪਲ ਲਿਖੂੰਗਾ ਇਲੈਕਟ੍ਰੀਸਿਟੀ, ਮੈਂ ਲਿਖਣਾ ਹੋਊਗਾ ਅਮੈਰੀਕਾ, ਮੈਂ ਲਿਖੂੰਗਾ ਅਬਾਊਟ ਦ ਅਮੈਰੀਕਾ, ਠੀਕ ਆ, ਦ ਅਮੈਰੀਕਾ, ਨਾਟ ਇਕੱਲਾ ਅਮੈਰੀਕਾ। ਸੋ ਇਹ ਚੀਜ਼ ਨੂੰ ਧਿਆਨ ਰੱਖਿਓ, ਜੇ ਕੋਈ ਇੰਪੋਰਟੈਂਟ ਕੀਵਰਡ ਦਾ ਯੂਜ਼ ਕਰਦੇ ਪਏ ਹਾਂ, ਦ ਹਮੇਸ਼ਾ ਇੰਪੋਰਟੈਂਟ ਚੀਜ਼ ਦੇ ਅੱਗੇ ਆਉਂਦਾ ਵਾ, ਠੀਕ ਹੈ, ਕੋਈ ਰੇਅਰ ਚੀਜ਼ ਹੋਵੇ, ਕੋਈ ਖਾਸ ਚੀਜ਼ ਹੋਵੇ, ਫੋਲੋ ਕਰ ਲਿਓ ਚੀਜ਼ ਨੂੰ, ਠੀਕ ਹੈ, 100% ਇਗਜ਼ਾਮ 'ਚੋਂ ਸਕੋਰ ਆਉਣਗੇ। ਇਹ ਪੈਟਰਨ ਦੋਸਤ ਮਿੱਤਰਾਂ 'ਚ ਦੱਬ ਕੇ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਇਗਜ਼ਾਮ ਦੇਣਾ ਵਾ ਨੈਕਸਟ ਮੰਥ ਦੇ ਵਿੱਚ। ਹੋਰ ਟਿਪਸ ਵਾਸਤੇ, ਸਟ੍ਰੈਟਜੀਜ਼ ਵਾਸਤੇ ਫੋਲੋ ਕਰ ਲਓ ਗੁਰਵਿੰਦਰ ਪੀਟੀ ਨੂੰ। ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਇਆ ਹੋਇਆ ਵਾ, ਆਨਲਾਈਨ ਕਲਾਸਿਸ ਵੀ ਤੁਸੀਂ ਜੁਆਇਨ ਕਰ ਸਕਦੇ ਹੋ, ਘਰ ਬੈਠ ਕੇ ਡਿਜ਼ਾਇਰ ਸਕੋਰਿੰਗ ਆਪਦੀ ਲੈ ਸਕਦੇ ਹੋ। ਜਿਨ੍ਹਾਂ ਬੱਚੇ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ, ਲਾਈਕ ਕਰ ਦਿਓ ਵੀਡੀਓ ਨੂੰ, ਸ਼ੇਅਰ ਕਰ ਦਿਓ। ਮਿਲਦੇ ਨੈਕਸਟ ਵੀਡੀਓ ਦੇ ਵਿੱਚ, ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।